ਤਕੜਾ ਜਿਹੜਾ ਪ੍ਰਦਰਸ਼ਨ ਕੀਤਾ ਪਿਛਲੇ ਕਈ ਮੇਲਿਆਂ ਤੇ ਹੈ। ਆਹ ਮੁੰਡੇ ਨੇ ਘਨੌਰ ਦੀ ਧਰਤੀ ਦੇ ਲੋਕਾਂ ਦੇ ਦਿਲ ਜਿੱਤੇ ਹੈ। ਪਹਿਲੀ ਸਫਲਤਾ ਜਿਹੜੀ ਮੈਂ ਤੱਕ ਰਿਹਾ ਵੀ ਮੁੰਡੇ ਹਰਿਆਣੇ ਵਾਲੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤੀ ਹੈ। ਅਭੀ ਯੋਧੇ ਰਣ ਵਿੱਚ ਜੂਝਦੇ ਪਾਉਂਦੇ ਤਲਵਾਰਾਂ, ਉਸ ਡਾਢੇ ਦੇ ਹੱਥ ਹੁੰਦੀਆਂ ਬਈ ਜਿੱਤਾਂ ਤੇ ਹਾਰਾਂ। ਆਓ ਖੁਸ਼ੀ ਮਨਾਈਏ ਜਿੱਤ ਦੀ, ਬਈ ਨਾ ਹਾਰੋਂ ਡਰੀਏ ਤੇ ਮੰਦੜੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ ਮਾਜਰੇ ਵਾਲਾ। ਆਓ ਕਦੇ ਗੁਰਦੀਪ ਨਾਮ ਹੈ ਸਚੋਬਰ ਦਾ, ਚੜ੍ਹਦੀ ਉਮਰੇ ਦੁਨੀਆਂ ਦਾ ਮਹਾਨ ਬਣ ਗਿਆ, ਵੱਡੀ ਖੇਡ ਹੈ। ਤੇ ਅੱਜ ਕੱਲ੍ਹ ਕਦੇ ਲੋਕਾਂ ਦੇ ਵਿੱਚ ਆਹ ਮੁੰਡੇ ਦੀ ਕਦੇ ਗੱਲਬਾਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਉਹ ਸਾਹਮਣੇ ਕਮਾਲ ਜਿਹੜੀ ਹੋਈ ਪਈ ਹੈ ਖੇਡ ਦੇ ਮੈਦਾਨ ਵਿੱਚ, ਖਿੱਚ ਦੀ ਲਕੀਰ, ਤੇ ਹੁਣ ਪਤਾ ਲੱਗੂ ਬਈ ਕੀੜਾ ਤਕੜਾ ਸਰੀਰ। ਇੱਧਰ ਕੋਚ ਕਹਿੰਦਾ ਦੱਸਿਆ ਲਾਰੇ ਬਾਲਾਂ, ਜਿੱਤਣ ਦੀ ਦੇਣੇ ਹੋਰ ਮਿੱਤਰੋ। ਆਹ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ, ਬਈ ਲਾਗੇ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਨਾਲ ਜੋਧਪੁਰੀ ਆ ਕੋਚ ਹੈ, ਇੱਕ ਪਾਸੇ ਮਨੋਜ ਖੜਾ ਨਿੰਡ ਤੇ, ਪੀਰ ਖੇੜਾ ਪਿੰਡ ਆ ਕਪਿਲ ਦਾ ਮੇਰੇ ਮਿੱਤਰੋ। ਇਹ ਵੀ ਛੋਟੀ ਉਮਰੇ ਤੇ ਇੱਕ ਵਧੀਆ ਖਿਡਾਰੀ ਬਣ ਗਿਆ, ਤੇ ਨਾਲ ਉਹ ਖੜਾ ਜਿਹਨੇ ਦੁਨੀਆਂ ਜਿੱਤੀ ਹੋਈ ਹੈ, ਭਣਿਆਰੀ ਵਾਲਾ ਸ਼ਾਲੂ। ਜੇ ਕਿਸੇ ਖਿਡਾਰੀ ਨੂੰ ਕੈਪਟਨ ਕਹਿੰਦਾ ਤੇ ਉਹ ਆਹ ਖਿਡਾਰੀ ਨੂੰ ਕੈਪਟਨ ਕਹਿ ਕੇ ਆਵਾਜ਼ ਮਾਰਦਾ। ਇਹ ਮੁੰਡੇ ਨੂੰ ਐਵੇਂ ਨਹੀਂ ਕੈਪਟਨ ਕਹਿੰਦੇ ਖੇਡ ਵਾਲੀਬਾਲ ਦਾ। ਇਹ ਮੋਗੇ ਚੈਂਪੀਅਨਸ਼ਿਪ ਹੋਈ ਤੇ ਉੱਥੇ ਮੁੰਡੇ ਨੇ ਜੰਪ ਸ਼ਾਟਾਂ ਲਾ ਕੇ ਲੋਕਾਂ ਦੇ ਦਿਲ ਜਿੱਤੇ, ਤੇ ਜਿਹੜੇ ਜਿਹੜੇ ਗਰਾਊਂਡ ਤੇ ਇਹਨੇ ਅੱਖ ਰੱਖੀ ਆ ਤੇ ਮੇਲੇ ਜਿੱਤੇ ਆ। ਇੱਧਰ ਬਾਰੇ ਕਿਆਲਾ ਤੇ ਨਾਲ ਮੁੰਡਾ ਹਾਸੀ ਵਾਲਾ ਗੇਲ ਹੈ, ਚੱਲ ਪਿਆ ਕੰਮ ਵੀ ਹੋਣ ਲੱਗਾ ਮੈਚ, ਜਿਹਨੂੰ ਸਾਹਨਾ ਵਾਲਾ ਭੇੜ ਕਹਿੰਦੇ ਆ, ਅਟੈਕਰਾਂ ਡਿਫੈਂਸਰਾਂ ਦਾ ਜਿਹਨੂੰ ਏਡ ਗੇੜ ਕਹਿੰਦੇ ਆ, ਤੇ ਮਾਰ ਮਾਰ ਸ਼ਾਟਾ ਭੱਲੇ 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 ਭੱਲੇ। ਪਰ ਗੱਲ ਹਾਲੇ ਬਣੀ ਨਹੀਂ, ਗੱਲ ਤੇ ਬਣਾਉਣੀ ਪਊਗੀ। ਉਹ ਲੋਕੋ ਆਉਣਾ ਸਵਾਦ ਬਾਈ, ਤੇ ਤਾੜੀ ਤੂੜੀ ਕਿਉਂ ਨੀ ਮਾਰਦੇ, ਤਾੜੀ ਜ਼ੋਰਦਾਰ ਮਾਰ ਦੋ ਯਾਰ ਮੁੰਡਿਆਂ ਦੇ ਲਈ। ਰਵੀ ਦਾਰੇ ਚੱਕ ਮੈਂ ਸੁਣਿਆ ਵੀਰਾ, ਕਰਗਲ ਮੁਕਾਬਲਾ ਤੇ ਬੜਾ ਚੋਟੀ ਦਾ ਖੇਡਿਆ ਜਾ ਰਿਹਾ, ਦੁਨੀਆਂ ਦੇ ਵੱਡੇ ਵੱਡੇ ਮੱਲ ਜਿਹੜੇ ਭਿੜ ਰਹੇ ਆ, ਨੰਬਰ ਹੁਣ ਕੌਣ ਜੋੜਦਾ, ਗੱਲ ਜਿਹੜੀ ਟਾਈਮ ਟਾਈਮ ਦੀ ਹੈ। ਦੋ ਨੰਬਰ ਗਰਾਊਂਡ ਦੀ ਜੇਤੂ ਟੀਮ ਗਰਾਊਂਡ ਦੇ ਵਿੱਚ ਰਵੇ ਬਾਈ, ਨਾਲ ਦੀ ਨਾਲ ਹੀ ਮੈਚ ਆਪਾਂ ਸ਼ੁਰੂ ਕਰ ਦਿਆਂਗੇ। ਆਹ ਸਾਹਮਣੇ ਗਲਤੀ ਹੋ ਗਈ ਹੈ, ਦੱਸ ਵੀ ਧੌਲ ਮਾਜਰੇ ਵਾਲਿਆਂ ਨੰਬਰ ਕਿੰਨੇ ਕਿੰਨੇ ਆ ਬਾਈ, ਹਾਲੇ ਸ਼ੁਰੂ ਹੈਗਾ ਪੰਜ ਆ ਪਹਿਲੇ ਇਧਰਲੇ ਪਾਸੇ ਬਾਈ ਕਹਿੰਦਾ ਹਾਲੇ ਕਮਾਂਡਰ ਕਰ ਰਿਹਾ ਬਾਈ ਵੀ ਗੱਲ ਬਣੀ ਨਹੀਂ, ਪੰਜ ਤੋਂ ਛੇ ਕੌਣ ਕਰਦਾ, ਬਾਜਰੇ ਵਾਲਾ ਛੋਟੂ ਤੇ ਜਾਂ ਫਿਰ ਉਹ ਜਿਹੜੇ ਮੁੰਡੇ ਨੇ ਖੇਡਣਾ ਨਿਊਜ਼ੀਲੈਂਡ ਦੀ ਧਰਤੀ ਤੇ ਆ ਤੀਰ ਸਿੰਘ ਜੀ ਅਠਵਾਲ ਹੋਣੇ, ਉਹਨਾਂ ਨੇ ਕਹਿੰਦੇ ਮਾਣ ਕੀਤਾ ਮੁੰਡੇ ਦੀ ਖੇਡ ਤੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਢਾਪਾ ਵਾਲਾ ਸ਼ੇਰੂ ਤੇ ਨਾਲ ਰਾਜਸਰ ਦਾ ਜੱਸਾ ਖੇਡਣਗੇ, ਮੁੰਡੇ ਨਿਊਜ਼ੀਲੈਂਡ ਦੀ ਧਰਤੀ ਤੇ ਵੱਡੇ ਖਿਡਾਰੀ ਆ। ਤੇ ਮੇਰੇ ਮਿੱਤਰੋ ਗੱਲ ਵੀ ਬੜੀ ਖੁਸ਼ੀ ਵਾਲੀ ਹੈ, ਹੇ ਆਓ ਅੜ ਕੜਕ ਕੇ ਦੇਖਦਾ ਤੈਨੂੰ ਨਸ਼ਾ, ਤੈਨੂੰ ਨਸ਼ਾ, ਆਹ ਤੈਨੂੰ ਨਸ਼ਾ ਜਵਾਨੀ ਦਾ, ਧਨ ਧਨ ਹੋਈ ਪਈ। ਵਾਹ ਜੀ ਵਾਹ, ਵਾਹ ਬਈ ਵਾਹ, ਕਪਿਲ ਪੀਰ ਖੇੜੇ ਵਾਲਾ ਕੋਸ਼ਿਸ਼ ਤੇ ਕੀਤੀ ਹੈ ਪਰ ਸਫਲ ਨਹੀਂ ਹੋਇਆ। ਜੀਰੋ ਦੇ ਪੰਜ ਦੀ ਟੱਕਰ ਬਾਅਦ ਸੋਹਣਾ ਮੁਕਾਬਲਾ ਆਪਾਂ ਤੱਕ ਰਿਹਾ ਵੀ ਸ਼ਾਮਾਂ ਢਲਣ ਤੇ ਆਈਆਂ, ਪਰ ਹੁਣ ਤੇ ਸੋਰੀ ਕਹਿ ਸਕਦੇ ਵੀ ਗੁੱਡ ਵਾਲੀ ਮੋਰਨਿੰਗ ਹੋ ਚੁੱਕੀ ਹੈ। ਸੋਹਣਾ ਮੁਕਾਬਲਾ, ਜੀਰੋ ਦੇ ਪੰਜ ਦੀ ਟੱਕਰ ਹੈ। ਗੁੜ ਵਾਲੀ ਚਾਹ ਬਣਦੀ ਫੇਰ ਹੀ ਗੁੜ ਵਾਲੀ ਮੋਰਨਿੰਗ ਬਣਦੀ ਹੈਗੀ। ਵੀਰੇ ਗਰਾਊਂਡ ਨੰਬਰ ਚਾਰ 'ਚ ਚੱਲ ਪਿਆ ਮੈਂ ਜੀ, ਤਿੰਨ ਨੰਬਰ ਗਰਾਊਂਡ ਦੇ ਵਿੱਚ ਬਈ ਜਿਹੜੀ ਵੀ ਟੀਮ ਜਿੱਤ ਗਈ ਉਹ ਗਰਾਊਂਡ ਦੇ ਵਿੱਚ ਹੀ ਰਹੇ। ਦੋ ਵਾਲੇ ਮੁੰਡਿਆਂ ਨੂੰ ਵੀ ਇਹੀ ਗੁਜ਼ਾਰਿਸ਼ ਹੈ
ਤੇ ਪਾਣੀ ਵਾਲੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਦੋ ਵਾਰ ਤਿੰਨ ਇਹ ਗਰਾਊਂਡਾਂ ਦੇ ਵਿੱਚ ਜਦੋਂ ਹੀ ਮੈਚ ਨਿਬੜਦਾ ਤੇ ਪਾਣੀ ਪਿਆ ਕੇ ਮੁੰਡਿਆਂ ਨੂੰ ਨਾਲ ਦੀ ਨਾਲ ਹੀ ਗਰਾਊਂਡ ਦੇ ਵਿੱਚ ਮੇਰਾ ਵੀਰ ਬਣ ਕੇ ਉਹ ਭੇਜ ਦਿਓ ਜੀ। ਬਹੁਤ ਬਹੁਤ ਧੰਨਵਾਦ ਹੋਵੇਗਾ ਸਾਰੇ ਨਗਰ ਨੂੰ, ਨਗਰ ਦੇ ਇਕੱਲੇ ਇਕੱਲੇ ਬਾਅਦ ਸ਼ਿੰਦੇ ਨੂੰ ਬੜੀ ਵੱਡੀ ਮੁਬਾਰਕਬਾਦ ਹੈ। ਲੈ ਵੀ ਕੌਣ ਜਿੱਤ ਗਿਆ ਭਿੰਦਰ ਇੱਧਰੋਂ? ਖੇੜੀ 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 ਮੇਰਾ ਵੀਰ ਬਣ ਕੇ ਪਾਣੀ ਪੂਣੀ ਪੀ ਕੇ ਭਿੰਦਰ ਗਰਾਊਂਡ 'ਚ ਹੀ ਰਹੋ ਮੇਰਾ ਵੀਰ ਲੰਬੇ ਖੇੜੀ। ਰਿਕੁਐਸਟ ਹੀ ਹੈ ਮੇਰਾ ਬਾਈ ਬਣ ਕੇ, ਨਹੀਂ ਤੇ ਮਲੋਟ ਬਹੁਤ ਜ਼ਿਆਦਾ ਦੂਰ ਆ ਉੱਥੋਂ ਕੰਧ ਵਾਲਾ ਹਾਜ਼ਰ ਖਾਂ ਬਾਬਾ ਬੁੱਲੇ ਸ਼ਾਹ ਦੀ ਯਾਦ 'ਚ ਮੇਲਾ ਜਿਹੜਾ ਕਰਵਾਇਆ ਜਾਣਾ। ਬੇਨਤੀ ਹੈ ਮੇਰਾ ਬਾਈ ਬਣ ਕੇ ਜ਼ਿਆਦਾ ਸਮਾਂ ਨਾ ਲਾਇਓ, ਦੋ ਨੰਬਰ ਗਰਾਊਂਡ ਦੇ ਵਿੱਚ ਪਹੁੰਚੋ ਟੀਮਾਂ ਬਾਈ ਜੀ। ਜੋਗੀ ਵਾਲਾ ਪ੍ਰਸ਼ਾਂਤ ਉੱਠੋ ਮੇਰਾ ਬਾਈ ਬਣ ਕੇ, ਦੋ ਨੰਬਰ ਗਰਾਊਂਡ ਦੇ ਵਿੱਚ ਆਓ ਜੀ। ਲਓ ਜੀ ਆਓ ਪ੍ਰਸ਼ਾਂਤ ਜਲਦੀ ਨਾਲ, ਮੰਡੇ ਖੇੜੀ ਵਾਲੇ ਗਰਾਊਂਡ 'ਚ ਖੜੇ ਆ ਲੰਬੇ ਗਰਾਊਂਡ 'ਚ ਹੀ ਓਕੇ ਜੀ। ਚਲੋ ਵੀ ਲਓ ਜੀ ਆਓ ਜਲਦੀ ਨਾਲ, ਬੇਨਤੀ ਹੈ ਜੋਗੀ ਵਾਲੀ ਦੀ ਟੀਮ ਮੁੰਡੇ ਖੇੜੀ ਵਾਲੇ ਗਰਾਊਂਡ ਦੇ ਵਿੱਚ ਹੀ ਖੜਿਆ। ਮੈਂ ਤਾਂ ਵੀ ਬਹੁਤ ਵਧੀਆ ਖੇਡਿਆ ਜਾਣਾ ਹੈ, ਪਰ ਉੱਧਰ ਮੈਨੂੰ ਲੱਗਦਾ ਵੀ ਜੋਧਪੁਰੀ ਅੱਜ ਦੇ ਹਾਂ ਕੁਝ ਹੋਰ ਹੀ ਕਰੀ ਆਉਂਦੇ ਆ। ਯੂਪੀ ਟੀਮ ਲੂਜ਼ ਕਰ ਗਈ ਮੈਚ ਵੀਰੇ ਜੋਗੀ ਵਾਲੇ ਨੂੰ। ਕਮਲ ਜੈਪੁਰ ਦਾ ਮੈਚ ਚਾਰ 'ਚ ਚੱਲੀ ਜਾਂਦਾ ਕੁਆਟਰ ਵੀਰੇ ਪੈਲਸੀਆਂ ਦੀ ਟੀਮ ਨਾਲ। ਇਹ ਮੈਚ ਆ ਜੀ ਗੇਲ ਆਂਸੀ ਅਤੇ ਜੋਧਪੁਰੀ ਆ। ਵੈਲਕਮ ਵੈਲਕਮ ਕਮਲ ਕਾ ਲਾਈਵ ਚੱਲ ਰਿਹਾ ਬਾਈ ਵਾਲੀਬਾਲ ਐਂਡ ਗੱਲਬਾਤ ਪੇਜ ਤੇ। ਬੱਲੇ ਉਹ ਜਸ਼ਨ ਹੈ ਮੈਚ ਦੇ ਉੱਧਰ ਵੀ ਬਾਹਲਾ ਤਕੜਾ ਮੁੰਡੇ ਖੜਵਾਲੀ ਵਾਲੇ ਦੇ ਨਾਲ ਚੈਨਲ ਵਾਲੀ ਹੈ ਮੁੰਡੇ ਬਹੁਤ ਤਕੜਾ ਮੈਚ ਲਾਈ ਖੜੇ ਆ। ਲਾ ਵੀ ਬਟੋਹੇ ਵਾਲਾ ਬਰੀਕ ਵੀ ਫਿੱਟ ਅੱਜ ਦੇ ਦੱਸੀ ਤੁਰਿਆ ਆਉਂਦਾ। ਲਾ ਵੀ ਸੋਹਣੇ ਵੀ ਨੰਬਰ ਦੱਸ ਦੇ, ਤਿੰਨ ਨੰਬਰ ਗਰਾਊਂਡ ਦੇ ਕਿੰਨੇ ਕਿੰਨੇ ਆ? ਬਾਈ ਕਿੰਨੇ ਨੰਬਰ ਆ ਜੀ? 14 ਕਿੱਧਰ ਬਾਬਾ ਜੀ? ਚੌਦਾਂ ਬਰਾਬਰ ਹੈ। ਬਹੁਤ ਤਕੜਾ ਮੈਚ ਆ ਵੀ ਹੁਸਨ, ਮੈਨੂੰ ਲੱਗਦਾ ਵੀ ਜਸ਼ਨਾਂ ਦੇ ਗਾਂਹ ਨੂੰ ਪੈਰ ਇੱਕ ਹੋਰ ਪੱਟਣ ਨੂੰ ਫਿਰਦਾ ਤੇ ਗੱਲਾਂ ਲਾਊ ਅੱਜ ਟਿਕਾਣੇ। ਸਰਪੰਚ ਹੈ
ਬਹੁਤ ਬਹੁਤ ਮਾਣ ਕਰਦਾ ਸਵਾਗਤਾ ਜੀ ਕੁਲਦੀਪ ਜਨੇਰ ਜੀ ਤੇ ਗੱਲਾਂ ਪ੍ਰਧਾਨ ਸਾਹਿਬ ਵੀ ਲਾਈ ਨੇ ਸਵਾਗਤਾ ਜੀ ਬਰਦਰ ਦੇ ਚਰਚੇ ਵੱਡੇ ਆ ਭਰਾਵਾਂ ਦੇ ਕਿਉਂਕਿ ਉੱਤਮ ਵੀਰ ਸਰਪੰਚ ਵੀਰੇ ਬਾਲ ਰੋਕ ਲੋ ਤੇ ਬਹੁਤ ਵਧੀਆ ਗੱਲ ਹੋਵੇਗੀ ਮੇਰੀ ਬੇਨਤੀ ਹੈ ਲੀਡ ਆ ਵੀਰੇ ਜੋਧਪੁਰੀ ਲੀਡ ਹਾਂ ਥੋੜੀ ਸਪੀਡ ਜ਼ਿਆਦਾ ਸੁਣ ਵੀਰ ਥੋੜੀ ਘਟਾ ਲਾ ਸਪੀਡ ਜਿਹੜੇ ਹਿਸਾਬ ਨਾਲ ਬਾਲ ਨੂੰ ਮਿੱਟੀ ਲੱਗੀ ਤੂੰ ਬਾਲ ਦੇ ਵਜਨ ਨਾਲ ਨਾ ਡਿੱਗ ਜੀ ਬਾਈ ਜੀ ਜੋਗੀ ਵਾਲੀ ਟੀਮ ਕਿਉਂ ਨਹੀਂ ਆ ਰਹੀ ਵੀਰੇ ਗਰਾਊਂਡ ਦੇ ਵਿੱਚ ਜੋਗੀ ਵਾਲਾ ਲਾਸਟ ਕਾਲ ਆ ਵੀਰੇ ਜੋਗੀ ਵਾਲੀ ਟੀਮ ਨੂੰ ਮੁੰਡੇ ਉਹ ਗਰਾਊਂਡ ਦੇ ਵਿੱਚ ਖੜਿਆ ਜੀ ਖੇੜੀ ਵਾਲੇ ਬਾਈ ਜੀ ਵੀਰ ਕਹਿੰਦੇ ਫਿਰ ਦੋ ਨੰਬਰ ਕੱਟ ਕੇ ਖੜਾਵਾਂਗੇ ਜੇ ਕੁਰਸੀਆਂ ਨਹੀਂ ਛੱਡਦੇ ਦਿਲਸ਼ਾਦ ਜੀ ਮਾਰਿਓ ਨਿਗਾ ਇੱਧਰ ਬੈਠੇ ਮੁੰਡੇ ਜੋਗੀ ਵਾਲੇ ਪ੍ਰਸ਼ਾਦ ਜੀ ਬਹੁਤ ਟਾਈਮ ਹੋ ਗਿਆ ਸੁਣ ਵੀਰ ਆਵਾਜ਼ਾਂ ਮਾਰਦਿਆਂ ਨੂੰ ਵੀਰੇ ਖੇੜੀ ਵਾਲੇ ਮੁੰਡੇ ਖੇਡ ਕੇ ਆ ਗਏ ਮੇਰਾ ਵੀਰ ਬਣ ਕੇ ਉਹ ਵੇਖ ਲਓ ਸਾਹਮਣੇ ਜਾਲ ਮੁੱਖ ਦੀ ਗੱਲ ਪ੍ਰਸ਼ਾਦ ਜੇ ਤੂੰ ਇਕੱਲਾ ਬੈਠਾ ਤੂੰ ਇਕੱਲਾ ਹੀ ਆ ਜਾ ਬਾਕੀਆਂ ਦੀ ਆ ਉਹ ਆਪਣੀ ਜ਼ਿੰਮੇਵਾਰੀ ਆਪ ਲੈਣਗੇ ਸੁਣ ਵੀਰ ਜਿਹੜਾ ਲੇਖ ਰਾਹੁਲ ਮੇਰਾ ਵੀਰ ਬਣ ਕੇ ਸਾਰਿਆਂ ਨੂੰ ਹੀ ਪਤਾ ਵੀ ਆਪਾਂ ਜੋਗੀ ਵਾਲਾ ਪਿੰਡ ਆਪਣਾ ਜਾਂ ਜਿਹੜੇ ਮੁੰਡੇ ਬਾਹਰੋਂ ਸੱਦੇ ਉਹਨਾਂ ਨੂੰ ਵੀ ਪਤਾ ਮੈਂ ਬੇਨਤੀ ਕਰਦਾ ਮੇਰਾ ਵੀਰ ਬਣ ਕੇ ਯਾਰ ਗੱਲ ਨੂੰ ਸੁਣ ਕੇ ਅਣਸੁਣਿਆ ਨਾ ਕਰੋ ਛੋਟੇ ਵੀਰ ਗਰਾਊਂਡ ਨੰਬਰ 2 ਦੇ ਵਿੱਚ ਜਲਦੀ ਦੇ ਨਾਲ ਪਹੁੰਚ ਜਾਣਗੇ ਇਸ ਤੋਂ ਬਾਅਦ ਤੇ 15 ਦੀ ਵਾਰੀ ਬਾਅਦ ਤੇ ਬਾਈ ਮੈਗਜ਼ ਮਾਰਦੀ ਤੇ ਇਸ ਤੋਂ ਬਾਅਦ ਗਾਉਂਦੇ ਮੇਰਾ ਵੀਰ ਗੱਡੀ ਕੋਲ ਜਾ ਕੇ ਅਸੀਂ ਆਵਾਜ਼ ਮਾਰਿਆ ਕਰਾਂਗੇ ਲੈ ਵੀ ਆਓ ਮੇਰਾ ਵੀਰ ਬਣ ਕੇ ਬਹੁਤ ਵੱਡੇ ਵੱਡੇ ਜਿਹੜੇ ਸਮੇਂ ਦੇ ਸਟਾਰ ਤੁਸੀਂ ਕੁਰਸੀਆਂ ਦਾ ਸ਼ਿੰਗਾਰ ਬਣਾ ਦਿੱਤੇ ਨੇ ਔਰ ਮੈਂ ਬੇਨਤੀ ਕਰਾਂਗਾ ਜਲਦੀ ਦੇ ਨਾਲ ਤੁਸੀਂ ਹੁਣ ਆ ਕੇ ਮੈਚ ਖੇਡ ਲਓ ਜੀ ਸਹੀ ਹੈ ਖੁੱਡੀ ਵਾਲਾ ਕਹਿੰਦਾ ਮਜ਼ੇ ਮੈਂ ਚਰਚੇ ਵੱਡੇ ਆ ਲੈ ਬਈ ਕਾਲਾ ਵੀ ਆ ਫਿਰ ਖੇੜੀ ਵਾਲਾ ਚਰਚੇ ਵੱਡੇ ਆ ਦਿਮਾਗ ਪੜੂ ਅੱਜ ਜਾਂ ਫਿਰ ਨਹੀਂ ਤੇ ਗੱਲਾਂ ਹੋਣਗੇ ਸਮੇਂ ਦੀਆਂ ਮੇਰੇ ਟਿੱਬੇ ਵਾਲਾ ਬੋਬੀ ਗੱਡੀ ਕੋਲੇ ਪਹੁੰਚੇ ਬੇਨਤੀ ਹੈ ਜੀ ਟਿੱਬੇ ਵਾਲਾ ਬੋਬੀ ਸਕੋਰ ਵੀਰੇ ਜੋਧਪੁਰੀ ਮੁੰਡੇ ਵੀਰੇ ਜੋਗੀ ਵਾਲੀ ਦੀ ਆ ਗਿਆ ਖੇੜੀ ਦੀ ਟੀਮ ਵੀ ਪਹੁੰਚ ਗਈ ਰੈਫਰੀ ਬੈਠਾ ਤਰਨ ਉੱਥੇ ਗੁਰੀ ਤਰਨ ਦੇ ਕੁਝ ਖਾਣ ਪੀਣ ਗਿਆ ਰੋਟੀ ਬਣੀ ਮੇਰਾ ਵੀਰ ਲਵੀ ਹੁਸਨ ਇੱਕ ਵਾਰੀ ਤੂੰ ਟਾਸਕ ਕਰਾ ਮੈਂ ਰੈਫਰੀ ਲਾਉਣਾ ਜਾ ਫਿਰ ਜਾਈ ਮੇਰਾ ਵੀਰ ਬੰਦਾ ਕਿੰਨੇ ਵਜੇ ਜੀ ਵੱਡੇ ਫਰਕ ਦੇ ਨਾਲ ਜਿਹੜੀਆਂ ਸਾਈਡਾਂ ਚੇਂਜ ਹੋ ਚੁੱਕੀਆਂ ਜੀ ਚਾਰ ਨੰਬਰ ਗਰਾਊਂਡ ਦੇ ਸਾਈਡਾਂ ਹੋ ਗਈਆਂ ਚੇਂਜ ਬਾਈ ਕਿ ਨਹੀਂ ਮਨਦੀਪ ਠੀਕ ਹੈ ਜੀ ਉਧਰਲੇ ਪਾਸੇ ਵੀ ਬਹੁਤ ਸੋਹਣਾ ਮੈਚ ਆ ਪਿਲਸੀਆਂ ਦੀ ਟੀਮ ਤੇ ਜੈਪੁਰ ਦੀ ਟੀਮ ਦਾ ਮੁਕਾਬਲਾ ਜਿਹੜਾ ਗਰਾਊਂਡ ਨੰਬਰ 4 ਦੇ ਵਿੱਚ ਬਹੁਤ ਤਕੜਾ ਖੇਡਿਆ ਜਾ ਰਿਹਾ ਪਿਲਸੀਆਂ ਦੀ ਟੀਮ ਦੀ ਕੋਈ ਮਾੜੀ ਮੋਟੀ ਗੱਲ ਨਹੀਂ ਤੁਹਾਡੇ ਚੰਗੇ ਉਸਤਾਦਾਂ ਦੇ ਚੰਡੀ ਹੋਈ ਹੈ ਮੈਚ ਇੱਧਰ ਵੀ ਤਕੜਾ ਹੈ ਆਹ ਮਾਜਰੇ ਵਾਲਾ ਕਹਿੰਦੇ ਅੱਜ ਫੇਟਾ ਪੂਰਾ ਕਮਾਲ ਹੋ ਗਈ ਹੈ ਵਾਹ ਜੋਧਪੁਰੀਆ ਕਹਿੰਦੇ ਪਹੁੰਚਿਆ ਹੋਇਆ
ਵੀ ਘੋੜੇ ਘਰੇ ਜੋਧਪੁਰ ਦੇ ਹੈ ਤੇ ਗੋਰੀ ਮਰਦੀ ਕਨੇਡਾ ਵਿੱਚੋਂ ਪੀਸੀ ਦੀ ਹੈ। ਆਓ ਦਾਊਦ ਤੱਕ ਪਹੁੰਚ ਯਾਰ ਦੀ ਠੁੱਕ ਹੁੰਦੀ ਆ ਜ਼ਿਲ੍ਹੇ 'ਚ ਜਿਵੇਂ ਹੈ ਪੀਸੀ ਦੀ ਹੈ। ਇੱਕ ਸ਼ੌਂਕੀ ਕਾਲੇ ਮਾਲ ਦਾ ਤੇ ਗੱਡੀ ਹੋਰ ਨਾ ਚਲਾਈ ਬਿਨਾਂ ਥਾਰ ਤੋਂ ਜੋ ਬਣਿਆ ਸਟਾਰ ਫਿਰਦਾ ਹੈ ਸਾਲਾ ਖਾਰ ਜੀ ਖਾਂਦਾ ਹੈ ਤੇਰੇ ਯਾਰ ਤੋਂ। ਜੋ ਬਣਿਆ ਸਟਾਰ ਫਿਰਦਾ ਸਾਲਾ ਖਾਰ ਜੀ ਖਾਂਦਾ ਹੈ ਆਹ ਤੇਰੇ ਯਾਰ ਤੋਂ। ਇੱਧਰ ਜੋਧਪੁਰੀਏ ਨੇ ਕਹਿੰਦੇ ਧਨ ਧਨ ਕਰਵਾ ਛੱਡੀ ਆ। ਨਾਲ ਬੁੱਢਾ ਗਿੱਲ ਪਰਿਵਾਰ ਦਾ ਕਹਿੰਦੇ ਰਾਜਸਰ ਦਾ ਜੱਸਾ ਤੇ ਨਾਲ ਮੈਂ ਤੱਕਦਾ ਮਨੋਜ ਆ। ਇੱਕ ਪਾਸੇ ਕੈਪਟਨ ਖੜਾ ਤੇ ਗੇਲ ਜਿਹੜੇ ਹਿਸਾਬ ਦੇ ਨਾਲ ਆ ਲੋਕਾਂ ਦੇ ਵਿੱਚ ਰੌਲਾ ਰੱਪਾ ਸੀਗਾ ਨਾ ਵੀ ਹਾਂਸੀ ਵਾਲੇ ਮੁੰਡਿਆਂ ਦੇ ਨਾਲ ਮੈਚ ਲੱਗਣਾ ਹੈ ਤੇ ਉਸ ਹਿਸਾਬ ਦੀ ਗੱਲਬਾਤ ਬਣੀ ਨਹੀਂ ਹੈ। ਮੈਚ ਦੇ ਇੱਕ ਪਾਸਾ ਜਿਹਾ ਆਹ ਚੋਬਰਾਂ ਨੇ ਕਰਿਆ ਪਿਆ ਤੇ ਦੋ ਨੰਬਰ ਗਰਾਊਂਡ 'ਚ ਮੈਂ ਬੇਨਤੀ ਕਰੂੰਗਾ ਵੀ ਜਿੰਨੀ ਜਲਦੀ ਹੋ ਸਕਦਾ ਤੇ ਮੈਚ ਸ਼ੁਰੂ ਕਰ ਲਓ ਮੇਰਾ ਵੀਰ ਬਣ ਕੇ। ਬਾਈ ਜੀ ਟਾਸ ਹੋ ਗਈ ਕਿ ਨਹੀਂ ਗਰਾਊਂਡ ਨੰਬਰ ਆਉਂਦੀ ਬਵਿੰਦਰ ਸਰਵਿਸ ਆ ਤੁਹਾਡੀ ਅੰਮ੍ਰਿਤਪਾਲ ਕਰਾ ਮੈਚ ਸ਼ੁਰੂ ਮੇਰਾ ਬਾਈ ਬਣ ਕੇ। ਓਕੇ ਸਰ ਬਿਲਕੁਲ ਜੀ ਬਵਿੰਦਰ ਬਵਿੰਦਰ ਕੀ ਹੈ ਤੁਹਾਡਾ ਮੇਰਾ ਵੀ ਅਮਰੀਕਾ ਆਉਣ ਜਿੱਤ ਗਿਆ ਹਾਂ ਪਹਿਲਾਂ ਤੇ ਹੱਥ ਆਪਣੇ ਵੀ ਨਹੀਂ ਕਰਨ ਲੱਗਿਆ ਫਿਰ ਦੂਜਾ ਹੱਥ ਜਸ਼ਨ ਹੱਲ ਕਰਦਾ ਕਹਿੰਦਾ ਜਿੱਤ ਕੇ ਜਸ਼ਨ ਆ ਗੱਲ ਤੇ ਗੁਆਂਢੀ ਪਿੰਡਾਂ ਸੀ ਅਮਰੀਕ ਸਿਆ ਜਿੱਤ ਜਿਹੜਾ ਮਰਜ਼ੀ ਜਾਵੇ ਲਵੀ ਜਸ਼ਨ ਮੁਬਾਰਕਾਂ ਨੇ ਕੁਆਟਰ 'ਚ ਲੈ ਗਿਆ ਮੈਨੂੰ ਲੱਗਦਾ ਅਤੇ ਗਰਾਊਂਡ 'ਚ ਰਹੋ ਮੈਚ ਤੁਹਾਡਾ ਗਰਾਊਂਡ 'ਚ ਵੀਰੇ ਗਰਾਊਂਡ 'ਚ ਬੇਸ਼ੱਕ ਮੁੰਡਾ ਪਿੰਡ ਦਾ ਕੋਈ ਰਿਐਲਿਟੀ ਨਹੀਂ ਹੈਗੀ ਪਾਣੀ ਪੂਣੀ ਪੀ ਸਕਦੇ ਹੋ। ਅਜੀਮ ਤੀਤਰੋ ਦੀ ਟੀਮ ਪਹੁੰਚੇ ਵੀਰੇ ਤਿੰਨ ਨੰਬਰ ਗਰਾਊਂਡ ਦੇ ਵਿੱਚ ਜੀ ਅਜੀਮ ਤੀਤਰੋ ਅਜੀਮ ਤੀਤਰੋ ਦੀ ਟੀਮ ਵੀਰੇ ਗਰਾਊਂਡ ਨੰਬਰ 3 'ਚ ਪਹੁੰਚੇ ਜੀ। ਅਜੀਮ ਤੀਤਰੋ ਕੀ ਟੀਮ ਕੇ ਸਭੀ ਖਿਲਾੜੀ ਗਰਾਊਂਡ ਨੰਬਰ 3 ਪਹੁੰਚੇ ਮੇਰੇ ਭਾਈ ਮੈਚ ਖੇਲਣੇ ਕੇ ਲੀਏ ਅਜੀਮ ਤੀਤਰੋ ਹਾਂਜੀ ਢਿੱਲੋ ਜੀ ਓਕੇ ਜੀ ਬਾਈ ਚੰਡੀ ਖੇੜਾ ਜੀ ਯੂ ਐਸ ਏ ਵਾਲੇ ਉਹ ਵੀ ਆ ਗਿਆ ਜਿਹਦੇ ਵੱਡੇ ਕੱਪ ਦੇ ਲਾਈ ਤੇ ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇ ਦੇ ਜ਼ਰੀਏ ਨਾਲ ਮੈਚਾਂ ਦਾ ਆਨੰਦ ਪਏ ਮਾਣਦੇ ਆ। ਬੜਾ ਵੱਡਾ ਧੰਨਵਾਦ ਆ ਬਾਈ ਚੰਨੀ ਖੇੜਾ ਯੂ ਐਸ ਏ ਕਦੇ ਬਾਈ ਜਗਪਾਲ ਖੰਘੂੜੇ ਦੀਆਂ ਗੱਲਾਂ ਇੱਧਰ ਆਓ ਕਹਿੰਦੇ ਕਾਪੇ ਲੈ ਮੁੰਡਾ ਮੈਸਰ ਖਾਨੇ ਵਾਲਾ ਬਹੁਤ ਸੋਹਣਾ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਲਈ। ਬਾਈ ਜੀ ਤਿੰਨ ਨੰਬਰ ਗਰਾਊਂਡ ਦੇ ਵਿੱਚ ਕਿਉਂ ਨਹੀਂ ਆ ਰਹੇ ਜੀ ਮੁੰਡੇ ਡਾਲੀ ਉੱਧਰ ਬਾਈ ਚੰਨੀ ਖੇੜਾ ਯੂ ਐਸ ਏ ਗੋਲਡਨ ਪ੍ਰਮੋਟਰ ਸਾਡੀ ਖੇਡ ਵਾਲੀਬਾਲ ਦੇ ਕਦੇ ਬਾਈ ਜਗਪਾਲ ਖੰਘੂੜੇ ਦੀਆਂ ਗੱਲਾਂ ਬਾਈ ਪਰਮ ਹੋਣੀ ਹੈ ਬਾਈ ਜਗਰਾਜ ਖੰਘੂੜਾ ਔਰ ਭਰਾਵਾਂ ਨੇ ਜਿੰਨਾ ਵੀ ਸੋਚਿਆ ਤੇ ਵਾਲੀਬਾਲ ਦੇ ਲਈ ਸੋਚਿਆ ਹੈ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ। ਪਰ ਇੱਧਰ ਮੈਚ ਕਹਿੰਦੇ ਸਮਾਪਤੀ ਵੱਲ ਵਾਧਾ ਤੁਰਿਆ ਜਾ ਰਿਹਾ ਹੈ ਹੌਲੀ ਹੌਲੀ ਕਰਕੇ ਮੁੰਡੇ ਜਿੱਤਦੇ ਜਿਹੜੇ ਨੇੜੇ ਤੇੜੇ ਲੱਗਦੇ ਜਾਂਦੇ ਆ ਵੀ ਪਹਿਲੀ ਪਹਿਲੀ ਸੰਗ ਟੁੱਟਦਿਆਂ ਟਾਈਮ ਤੇ ਲੱਗਦਾ ਏ ਤੇ ਵੀੜੀ ਵਾਲੀ ਪੰਗ ਟੁੱਟਦਿਆਂ ਬਈ ਟਾਈਮ ਤੇ ਲੱਗਦਾ ਏ ਤੇ ਨਵੀਂ ਨਵੀਂ ਮੁਟਿਆਰ ਮਾਹੀ ਤੋਂ ਡਰਦੀ ਹੁੰਦੀ ਹੈ ਬਈ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੇ ਚੜ੍ਹਦ ਵੇਖ ਕੇ ਹਿੱਕ ਲੋਕਾਂ ਦੀ ਰੜਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ। ਬਾਈ ਜੀ ਕਰੋ ਨਾ ਸ਼ੁਰੂ ਮੈਚ ਦੋ ਨੰਬਰ ਗਰਾਊਂਡ ਤੇ ਕਿਹੜੀ ਗੱਲ ਦੀ ਘਾਟ ਆ ਵੀਰੇ
ਤਾਈਆਂ ਕੱਢਾਂ ਕੋਈ ਸਾਡੇ ਲਾ ਕਰਾ ਵੀ ਦਿੰਦੇ ਨਾ ਜੀ ਕੋਈ ਨਾ ਫਿਰ ਤਿੰਨੇ ਮੈਚ ਉੱਧਰ ਚੱਲੀ ਜਾਂਦੇ ਫਿਰ ਕੀ ਦਿਨ ਕਰਾਉਣਾ ਕਿਹਨੂੰ ਭੇਜਣਾ ਬਾਈ ਦੱਸੋ ਬਾਈ ਮਿਊਜ਼ਿਕ ਭਰਾ ਬਣ ਕੇ ਕਾਪੀ ਰਾਈਟ ਆ ਜੂਗਾ ਚੱਲ ਠੀਕ ਆ ਮਿੰਦਰ ਠੀਕ ਆ ਭਰਾ ਜੀ ਓਕੇ ਠੀਕ ਆ ਵਧੀਆ ਨਹੀਂ ਨਹੀਂ ਜਿਹੜਾ ਆਪਣੇ ਰੂਲ ਆ ਪੰਜਾਬ 'ਚ ਉਹ ਤਾਂ ਬਾਕੀ ਬਾਕੀ ਕਿੰਨੇ ਪੁਆਇੰਟ ਕਿੰਨੇ ਆ ਰੈਫਰੀ ਕੌਣ ਆ ਇੱਧਰ ਵੀਰੇ ਗੁਰੀ ਗੁਰੀ ਦੋ ਪੁਆਇੰਟ ਰਹਿ ਗਏ ਤੇ 12 ਠੀਕ ਹੈ ਲਾਸਟ ਪੁਆਇੰਟ ਆ ਗਿਆ ਮੇਰੇ ਹਿਸਾਬ ਨਾਲ ਜੋਧਪੁਰੀ ਦਾ ਲਾਸਟ ਪੁਆਇੰਟ ਵੀਰੇ ਧੰਨਵਾਦ ਬਾਈ ਜੀ ਅਮਿਤ ਸ਼ਰਮਾ ਜੀ ਦੁਮਸੀ ਬਹੁਤ ਬਹੁਤ ਧੰਨਵਾਦ ਬਾਈ ਅਮਿਤ ਦੁਮਸੀ ਲਾਈਵ ਮਾਸਟਰ ਪਿਛਲੇ ਮੈਂ ਟੋਈਆਂ ਕਦੇ ਹੋਵੇ ਨਾ ਹੋਵੇ ਤਾਹੂ ਪਹਿਲਾਂ ਹੀ ਸਮਝਾ ਲਾ ਮੁੰਡਿਆਂ ਨੂੰ ਨਹੀਂ ਤੇ ਗੱਲ ਫਿਰ ਕੁਝ ਹੋਰ ਬਣ ਜਾਂਦੀ ਹੈ ਤੇ ਮੁੰਡੇ ਤੇ ਫਿਰ ਲੋਟ ਹੀ ਨਹੀਂ ਆਉਂਦੇ ਗੱਲ ਲਾ ਜਾਂਦੇ ਅਟਕਾਣੇ ਹਾਊ ਚਰਚੇ ਤੇ ਕਰਵਾ ਹੀ ਦਿੰਦੇ ਆ ਮੁੰਡੇ ਕਮਲ ਕਾ ਮੈਚ ਚੱਲ ਰਿਹਾ ਹੈ ਬਾਈ ਪ੍ਰਦੀਪ ਜੀ 4 ਨੰਬਰ ਗਰਾਊਂਡ ਉੱਤੇ ਕੁਆਟਰ ਫਾਈਨਲ ਦਿਲਸ਼ਾਦ ਮਾਰੋ ਆਵਾਜ਼ 3 ਤੇ ਕੈੜੀ ਜੀ ਬਾਈ ਜੀ ਅਜੀਬ ਤੀਤਰੋ ਦੀ ਟੀਮ ਦੇ ਖਿਡਾਰੀ ਬਾਈ ਜੀ ਅਜੀਬ ਤੀਤਰੋ ਦੀ ਟੀਮ ਦੇ ਖਿਡਾਰੀ ਜੇ ਨਾ ਪਹੁੰਚੇ ਵੀਰੇ ਟੀਮ ਕੱਟੀ ਜਾਊਗੀ ਗਰਾਊਂਡ 'ਚ ਬਾਈ ਜੀ ਜੇ ਗਰਾਊਂਡ 'ਚ ਨਾ ਆਏ ਤੇ ਕੁਰਸੀਆਂ 'ਤੇ ਦੁਨੀਆ ਹੀ ਬੈਠੀ ਆ ਸੋਹਣਿਓ ਉੱਠੋ ਮੇਰਾ ਵੀਰ ਬਣ ਕੇ
ਸੇਮ ਆਸਟ੍ਰੇਲੀਆ ਵੀਰੇ ਲਾਸਟ ਪੁਆਇੰਟ ਆ ਜੀ, ਇੱਧਰ ਜੋਧਪੁਰੀ ਦਾ ਲਾਸਟ ਆ, ਉੱਧਰ ਪੁੱਛਦੇ ਹਾਂ ਕਿੰਨੇ ਪੁਆਇੰਟ ਆ ਜੀ। ਹਾਂਜੀ ਹਾਂਜੀ ਪ੍ਰਦੀਪ ਸੀਵੀਆਂ, ਕੀ ਹਾਲ ਆ ਪ੍ਰਦੀਪ ਬਾਈ, ਬਾਈ ਪ੍ਰਦੀਪ ਸੀਵੀਆਂ। ਨਹੀਂ ਨਹੀਂ ਅਜੇ ਕੁਆਟਰ ਮੈਚ ਨੇ ਨੰਬਰਦਾਰ ਬਰਨਾਲਾ ਦੀ ਕੁਆਟਰ ਮੈਚ। ਉਹ ਬਾਲ ਓਏ ਲੰਬੂ ਯਾਰ, ਤਗੜੀ ਬਾਲ। ਵੀ ਆ ਗਏ ਮੁੰਡੇ ਉੱਧਰ, ਪੀਤਰੋ ਦੀ ਟੀਮ ਤੇ ਆ ਗਈ ਆ ਬਾਈ, ਖੜਵਾਲੀ ਦੀ ਟੀਮ ਆ ਮੈਚ ਹੁਸਨ, ਖੜਵਾਲੀ ਹੋਈ ਆ ਵਿੰਦਰ ਵੀਰੇ, ਕਲੀਅਰ ਹੋ ਗਿਆ ਸਿਸਟਮ, ਖੜਵਾਲੀ ਦੀ ਟੀਮ ਪਹੁੰਚੇ ਬਾਈ ਜਲਦੀ ਦੇ ਨਾਲ। ਜੋਗੀ ਵਾਲੇ ਦਾ ਮੈਚ ਅਜੇ ਕਿਤੇ ਨਹੀਂ, ਜੋਗੀ ਵਾਲੇ ਦਾ ਮੈਚ ਤੇ ਲਾਈਵ ਵੀਰੇ ਮਾਲਵੇ ਵਾਲਾ ਚੱਲੀ ਜਾਂਦਾ ਜੀ ਵਿਨੋਦ ਵੀਰੇ, ਜਾਂ ਬਾਲੀਆ ਟਰੱਸਟ ਲਾਈਵ, ਦੋ ਲਾਈਵ ਨੇ ਉੱਤੇ ਪੁਆਇੰਟ। ਜੋਧਪੁਰੀ ਦਾ ਲਾਸਟ ਆ, ਉੱਧਰ 6-7 ਸਕੋਰ ਹੋਣਗੇ ਬਾਈ, ਲਾਸਟ ਪੁਆਇੰਟ ਜੋਧਪੁਰੀ ਦਾ। ਲੈ ਵੀ ਕਿੰਨੇ ਕਿੰਨੇ ਹੋ ਗਏ ਇੱਧਰ ਦੱਸੋ ਜੀ ਇੱਕ ਵਾਰੀ, ਗੁਰੀ ਜੀ ਲਾਸਟ ਆ ਗਿਆ, ਲਾਸਟ ਨੰਬਰ ਆ ਗਿਆ ਜੀ ਇੱਧਰ। ਲੈ ਵੀ ਟਾਈਆਂ ਵੀ ਕੱਢਦੀ ਆਪਾਂ, ਬੇਨਤੀ ਹੈ ਮੇਰੀ ਵੀਰਾਂ ਨੂੰ, ਜਿਹੜੇ ਵੀਰਾਂ ਦੀ ਡਿਊਟੀ ਹੈ ਮੈਰ ਜਿਹੜੇ ਨੇੜੇ ਤੇੜੇ ਲੱਗੇ ਹੋਏ ਆ, ਉਹ ਵੀ ਮਸ਼ਹੂਰ ਹੋਣ ਵਾਸਤੇ ਹੀ ਭੇਜ ਹੋਣਗੇ ਉਹ। ਨਹੀਂ ਸਹੀ ਆ ਗੱਲ, ਵਿੱਚ ਜਿਵੇਂ ਹੁਣ ਮਤਲਬ ਫੇਮਸ ਹੋਣ ਵਾਸਤੇ ਵੀ ਬਣਾਇਆ ਕਈ ਬੰਦਿਆਂ ਨੇ, ਜਿਹਨੂੰ ਇਨਕਮ ਦੀ ਲੋੜ ਹੀ। ਹਾਂ ਬੱਲੇ ਉਹ ਮੰਗਿਆ, ਕਮਾਲ ਕਰਦੀ ਹੈ ਮੁੰਡਾ ਧੌਲ ਮਾਜਰੇ ਵਾਲਾ ਮੰਗਾ, ਬੜੀ ਤਗੜੀ ਬਾਲ ਲਾ ਗਿਆ ਖੇਡ ਦੇ ਮੈਦਾਨ ਦੇ ਵਿੱਚ। ਲਾ ਵੀ ਮਤਲਬ ਦੋ ਹੀ ਨੰਬਰ ਆ ਇੱਧਰ ਖੇੜੀ ਦੀ ਟੀਮ ਦੇ, ਦੋ ਹੀ ਨੰਬਰ ਜੋਗੀ ਵਾਲ ਦੀ ਟੀਮ ਦੇ ਆ, ਦੋ ਦੋ ਨੰਬਰਾਂ ਦੀ ਖੇਡ ਜਿਹੜੀ ਉਹ ਬਰਾਬਰੀ ਦੇ ਖੇਡੀ ਜਾ ਰਹੀ ਹੈ। ਆਓ ਤੀਜਾ ਨੰਬਰ ਕੌਣ ਆਪਣੀ ਟੀਮ ਦੇ ਲਈ ਜੋੜਦਾ ਮੇਰੇ ਵੀਰੇ, ਉਹ ਤਿੰਨ ਆਪਸ਼ਨ ਆਉਣਗੀਆਂ, ਜਾਂ 50-50 ਇਨਕਮ ਸਮਝੇ ਗੱਲ, ਜਾਂ ਵੀਡੀਓ ਡਿਲੀਟ, ਜਾਂ ਫਿਰ ਪੇਜ ਬੰਦ ਹੋਣ ਤੱਕ ਵੀ ਨੌਬਤ ਬਣੀ ਜਾਂਦੀ ਹੈ, ਰੀਚ ਡਾਊਨ ਹੋ ਜਾਂਦੀ ਹੈ ਜਿਵੇਂ। ਤਿੰਨ ਆਪਸ਼ਨ ਹੁੰਦੀਆਂ, ਜਿਹੜਾ ਮਰਜ਼ੀ ਸਿਲੈਕਟ ਕਰੋ, ਜਾਂ ਵੀਡੀਓ ਡਿਲੀਟ ਦੀ, ਜਾਂ ਜਿਹੜੇ ਸਿੰਗਰ ਦਾ ਗਾਣਾ ਜਿਹਦਾ ਮਨ। ਆਓ ਬੱਲੇ ਉਹ ਪਵਿੱਤਰਾ, ਕਮਾਲ ਕਰਤੀ ਆ ਮੁੰਡਾ ਖੁੱਡੀ ਵਾਲਾ, ਥੋੜੀਆਂ ਸੱਟਾਂ ਪੇਟਾਂ ਵੀ ਲੱਗੀਆਂ ਤੇ ਮੇਰੇ ਖਿਆਲ ਨਾਲ ਵੀ ਭੁਪਿੰਦਰ ਓਪਰੇਟ ਵੀ ਹੋਇਆ ਸੀ, ਗੋਡੇ ਦਾ ਓਪਰੇਟ ਵੀ ਹੋਇਆ, ਪਰ ਇਹ ਮੁੰਡੇ ਨੇ ਮਿਹਨਤ ਨਹੀਂ ਛੱਡੀ, ਲੈ ਵੀ ਲੰਬਿਆ ਤੇ ਮਿਹਨਤ ਕਰਦਾ ਰਿਹਾ ਤੇ ਮਿਹਨਤ ਕਰਕੇ ਫਿਰ ਵਾਪਸੀ ਕਰ ਗਿਆ ਯਾਰ ਇੱਕ ਵਾਰੀ। ਆਹ ਮੁੰਡੇ ਦੇ ਹੌਸਲੇ ਲਈ ਤਾੜੀ ਮਾਰੋ ਯਾਰ ਜ਼ੋਰ ਦੇਣ, ਜਿਹੜਾ ਮੁੰਡਾ
ਆ ਮੁੰਡਾ ਭੁਪਿੰਦਰਾ ਜਿਹੜਾ ਨੈੱਟ ਤੇ ਖੇਡਦਾ, ਕਹਿੰਦੇ ਮੱਖਣ ਵਾਲਾ ਨੈੱਟ ਤੇ ਖੇਡਿਆ ਖੁੱਡੀ ਦੀ ਟੀਮ ਲਈ,